रीजनल ते सस्ता किवें मिलदा है? इंजन रीजनल समान देखो। हाँ जी, सत श्री अकाल जी, की हाल चाल है जी। ते अज आपां चले आ पातड़ा, तुहानू दिखाउणा आ वी पातड़ा की समान मिलदा ते क्यों मशहूर है इन्ना पातड़ा। आ देखो, अपना हैंडल टुट गया सी ते अज आपां जा रहे हां पातड़ा, ते रीजनल हैंडल ते सस्ते रेटां च लैके आ रहे हां आपां। तुसीं वीडियो च अगे बने रहियो, देखियो वी किवें मिलदा है रीजनल ते सस्ता किवें मिलदा है, वो देखने लई तुसीं वीडियो च अगे बने रहियो। लो वीरो, पहुंच गए आपां पातड़ा दी धरती ते, हुण मोड़ मुड़न लगे आपां, ते बने रहो वीडियो च दिखाउणे आ तुहानू वी रंग तमाशे पातड़ा दे। इत्थों मोड़ लै, लो जी देखो गड्डियां ही गड्डियां, जिहड़ी तुहाडा दिल करदा ओही गड्डी मिल जू इत्थों। दोने पासे देखो गड्डियां ही गड्डियां, पर आपां जिहड़े काम आए ओह अगे आ, आपां ओह काम चलांगे। मैं कहना कोई एह जी गड्डी होनी नहीं जिहड़ी पातड़ा ना होए। जिप्सियां खड़ियां ने, जीपां खड़ियां ने, स्विफ्ट बोलियां कहनू दिखाउणियां ने, भरिया पिया बई। हाय हाय हाय, पंजाब हरियाणा राजस्थान च पूरा ना हो गया पातड़ा दा बई। बुलट भी आ गए वीरे, ऑडी भी आ गई, सारियां ही आ गई। ਜਿਹੜੀ ਚੀਜ਼ ਆਪਾਂ ਲੱਭ ਰਹੇ ਸੀਗੇ ਉਹ ਹੁਣ ਲੱਭੀ ਆਪਾਂ ਨੂੰ ਪੁੱਛ ਪੁੱਛ ਕੇ, ਕਿਉਂ ਜਿਹੜੀ ਜਗ੍ਹਾ ਤੇ ਪਹਿਲਾਂ ਹੈਗੀ ਸੀ ਉੱਥੋਂ ਇਹ ਇੱਧਰ ਆ ਗਈ, ਤੇ ਹੁਣ ਤੁਹਾਨੂੰ ਵੀ ਦੱਸਦੇ ਆ ਇਹ ਸੰਗਰੂਰ ਰੋਡ ਤੇ ਆ ਗਈ। ਮੋਟਰਸਾਈਕਲਾਂ ਦਾ ਸਮਾਨ ਜੇ ਲੈਣਾ ਹੈ ਰੀਜਨਲ ਤੇ ਸਸਤਾ ਤਾਂ ਜੋ ਤੁਹਾਨੂੰ ਦਿਖਾਉਣੇ ਆ ਉਹ ਅਸੀਂ ਉਹ ਐਚ ਪੀ ਪੰਪ ਦੇ ਦੇਖੋ ਨਾਲ ਹੀ ਗਲੀ ਮੁੜਦੀ ਆ ਇੱਧਰ, ਇੱਥੇ ਪੁਰਾਣੇ ਮੋਟਰਸਾਈਕਲ ਖਰੀਦਦੇ ਨੇ ਤੇ ਮੋਟਰਸਾਈਕਲਾਂ ਦਾ ਸਪੇਅਰ ਪਾਰਟ ਵੇਚਦੇ ਨੇ, ਤੇ ਆਪਾਂ ਵੀ ਤੁਹਾਨੂੰ ਜਿਵੇਂ ਪਤਾ ਹੀ ਆ ਵੀ ਮੋਟਰਸਾਈਕਲ ਦਾ ਸਮਾਨ ਲੈਣ ਆਏ ਆ ਤੇ ਤੁਹਾਨੂੰ ਦਿਖਾਉਣੇ ਆ ਹੁਣ ਅੱਗੇ। ਆਹ ਦੇਖੋ ਆਹ ਗਲੀ ਮੁੜ ਗਈ ਮੇਨ ਰੋਡ ਤੋਂ ਜੀ, ਤੇ ਇੱਧਰ ਸਟੋਰ ਹੈ ਉਹਨਾਂ ਦਾ, ਜਿਹੜੀ ਦੁਕਾਨ ਆ ਉਹ ਇੱਥੇ ਹੈ। ਪੁਰਾਣਾ ਸਮਾਨ ਦੀ ਵਾਪਸੀ ਨਹੀਂ ਹੈਗੀ ਬਾਈ ਜੀ ਕੋਈ, ਉਹ ਪਏ ਨੇ, ਜਿਹੜਾ ਮਰਜ਼ੀ ਸਮਾਨ ਲੈ ਲਓ। ਇਹ ਸਾਰਾ ਮੋਟਰਸਾਈਕਲਾਂ ਦਾ ਸਮਾਨ ਹੈ ਇੱਥੇ ਬਾਈ, ਰਿੰਬ ਇੰਜਣ, ਆਹ ਦੇਖੋ ਇੰਜਣ ਮੋਟਰਸਾਈਕਲਾਂ ਦੇ, ਸ਼ੋਕਰ, ਜਾਲੀਆਂ, ਕੋਈ ਵੀ ਸਮਾਨ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇੱਥੋਂ ਮਿਲ ਜਾਂਦਾ, ਅਤੇ ਰੀਜਨਲ ਸਮਾਨ ਅਤੇ ਸਸਤੇ ਭਾਅ 'ਤੇ। ਆਇਓ ਤੁਹਾਨੂੰ ਪਿੱਛੇ ਵੀ ਦਿਖਾਉਣੇ ਆ, ਆਹ ਦੇਖੋ ਟੈਂਕੀ, ਪੁਰਾਣਾ ਸਮਾਨ ਆਪਣਾ ਕਟਾ ਜੋ ਨਵਾਂ ਲੈ ਜਾਓ। ਦੇਖੋ ਕੋਈ ਵੀ ਪਾਰਟ ਚਾਹੀਦਾ ਤੁਹਾਨੂੰ ਇੱਥੋਂ ਰੀਜਨਲ ਮਿਲੂਗਾ। ਮੀਟਰ ਦੇਖੋ, ਮੀਟਰ, ਲਾਈਟਾਂ, ਸੀਟ, ਕੋਈ ਵੀ ਚੀਜ਼ ਐਸੀ ਨਹੀਂ ਹੈਗੀ ਜਿਹੜੀ ਤੁਹਾਨੂੰ ਇੱਥੇ ਨਹੀਂ ਮਿਲੂਗੀ। ਜੇ ਸਕੂਟਰੀ ਤਿਆਰ ਲੈਣੀ ਹੈ ਦੇਖੋ ਸਕੂਟਰੀ ਵੀ ਖੜੀ ਹੈ, ਦੇਖੋ ਜੋ ਜੋ ਤੁਹਾਡਾ ਦਿਲ ਚਾਹੁੰਦਾ ਉਹ ਸਮਾਨ ਤੁਹਾਨੂੰ ਇੱਥੇ ਰੀਜਨਲ ਮਿਲੂ। ਦੇਖੋ ਢੇਰ ਲੱਗੇ ਪਏ ਨੇ, ਟਾਇਰ ਲੈ ਜਾਓ, ਸਟਿੱਪਣੀਆਂ ਲੈ ਜਾਓ, ਸਲਾਂਸਰ ਲੈ ਜਾਓ, ਮੋਟਰਸਾਈਕਲ ਲੈ ਜਾਓ, ਸਟੈਂਡ, ਜਿਹੜਾ ਵੀ ਸਟੈਂਡ ਲੈਣਾ ਦੇਖੋ, ਗਰਾਰੀ ਕੋਈ ਚਾਹੀਦੀ ਹੈ ਚੈਨ ਸੈੱਟ ਵਾਲੀ, ਡੀਲ ਕਰਦੇ ਨੇ ਇੱਥੇ। ਲਓ ਬਾਈ ਜੀ ਮੋਟਰਸਾਈਕਲ ਵੀ ਸੇਲ ਨੇ ਜੇ ਕਿਸੇ ਨੇ ਲੈਣਾ ਮੇਰੇ ਵੀਰ ਨੇ। ਬਾਈ ਰੀਜਨਲ ਸਮਾਨ ਅਤੇ ਜਾਇਜ਼ ਰੇਟ ਨੇ ਬਹੁਤ, ਜ਼ਰੂਰ ਲੈ ਕੇ ਜਾਓ। ਲਓ ਬਾਈ ਜੀ
ਬਹੁਤ ਔਖੀ ਲੱਭੀ ਸੀ ਦੁਕਾਨ ਤੇ ਪਹਿਲਾਂ ਅਸੀਂ ਉਧਰ ਮਾਰਕੀਟ ਚ ਘੁੰਮ ਗਏ ਤੁਸੀਂ ਦੇਖਿਆ ਹੀ ਆ ਜਿਵੇਂ ਹਨਾ ਪਹਿਲਾਂ ਅਸੀਂ ਉਧਰ ਪਹਿਲਾਂ ਉੱਥੇ ਹੁੰਦੇ ਸੀਗੇ ਤੇ ਕਾਫੀ ਟਾਈਮ ਹੋ ਗਿਆ ਸੀ ਪਹਿਲਾਂ ਆਏ ਸੀ ਇੱਕ ਵਾਰੀ ਤੇ ਹੁਣ ਇੱਥੇ ਹੈ ਇਹ ਦੇਖ ਲਓ ਸੰਗਰੂਰ ਰੋਡ ਗ੍ਰੈਡ ਦੇ ਨੇੜੇ ਹੈ ਐਚ ਪੀ ਪੰਪ ਦੇ ਨਾਲ ਗਲੀ ਮੁੜਦੀ ਹੈ ਅੱਗੇ ਤੇ ਤੁਸੀਂ ਕਦੋਂ ਮਰਜ਼ੀ ਆ ਸਕਦੇ ਹੋ ਮੋਟਰਸਾਈਕਲ ਦਾ ਜਿਹੜਾ ਵੀ ਸਮਾਨ ਤੁਹਾਨੂੰ ਚਾਹੀਦਾ ਹੈ ਜਾਇਜ਼ ਰੇਟ ਤੇ ਰੀਜਨਲ ਬਿਲਕੁਲ ਅਸੀਂ ਨੇ ਸਿਰਫ ਇੱਕ ਅਸੀਂ ਵੈਸੇ ਕੋਈ ਕੰਮ ਆਏ ਸੀ ਅਸੀਂ ਹੈਂਡਲ ਲੈ ਕੇ ਚੱਲੇ ਹਾਂ ਜਮਾਂ ਰੀਜਨਲ ਹੈਂਡਲ ਤੁਹਾਨੂੰ ਦਿਖਾਉਂਦੇ ਹਾਂ ਜੀ ਦਿਖਾਓ ਹੈਂਡਲ ਆਪਣਾ ਦੇਖੋ ਰੀਜਨਲ ਕਹਿੰਦਾ ਜੇ ਰੀਜਨਲ ਨਾ ਹੋਇਆ ਦੁਕਾਨ ਤੇ ਸਿੱਟ ਕੇ ਡਬਲ ਪੈਸੇ ਲੈ ਜਾਓ ਬਾਈ ਇੰਨੀ ਗਰੰਟੀ ਦਿੰਦੇ ਨੇ ਦੇਖੋ ਕੋਈ ਕਿਤੋਂ ਵੀ ਨੁਕਸ ਨਹੀਂ ਹੈਂਡਲ ਜਮਾਂ ਨਵਾਂ ਪਿਆ ਤੇ ਟਰਾਈ ਜ਼ਰੂਰ ਕਰਨੀ ਚਾਹੀਦੀ ਹੈ ਸਮਾਨ ਤਾਂ ਪਸੰਦ ਆ ਹੀ ਜਾਂਦਾ ਜਦੋਂ ਆਪਾਂ ਆਉਂਦੇ ਹਾਂ ਅਤੇ ਇਹਨੂੰ ਵੀ ਕੰਮ ਸੀ ਇੱਥੇ ਇੱਕ ਦੋ ਕੰਮ ਇਹਦੇ ਸੀਗੇ ਅਤੇ ਆਪਣਾ ਤਾਂ ਆਹੀ ਕੰਮ ਸੀਗਾ ਇਹ ਹੋ ਗਿਆ ਰਿਪੇਅਰ ਹੈਂਡਲ ਲੈਣ ਆਏ ਹਾਂ ਤੋਂ ਮਿਲ ਜਾਣਾ ਸੀਗਾ ਐਂ ਆ ਬਈ ਆਪਣੇ ਸ਼ੌਂਕ ਐਂ ਨੇ ਫਿਰ ਵੀ ਜਿਹੜੀ ਚੀਜ਼ ਲੈਣੀ ਹੈ ਕਬਾੜ 'ਚ ਹੀ ਲੈਣੀ ਹੈ ਲਓ ਜੀ ਆਹ ਦੇਖੋ ਜੈਨ ਲਈ ਹੈ ਆਪਾਂ ਨੇ ਇਹ ਵੀ ਤੁਰ ਫਿਰ ਕੇ ਲਈ ਹੈ ਪੂਰੀ ਦੇਖੋ ਇਹ ਕਰਨ ਨੇ ਲਈ ਹੈ ਹੁਣ ਲੋਕਲ ਚੱਲਣ ਵਾਸਤੇ ਸੈੱਲ ਜਮੀਂ ਡਾਊਨ ਹੋਏ ਪਏ ਨੇ ਇਹਦੇ ਸੈੱਲ ਚੜਵਾਉਣੇ ਪਹਿਲਾਂ ਤਾਂ ਜਾ ਕੇ ਅਸੀਂ ਹਾਂਜੀ ਜਿਵੇਂ ਤੁਹਾਨੂੰ ਪਤਾ ਆਪਾਂ ਜੇ ਕਰਨ ਨਾਲ ਕਿਤੇ ਜਾਂਦੇ ਹਾਂ ਤਾਂ ਇਹਦਾ ਹੋ ਨਹੀਂ ਸਕਦਾ ਵੀ ਆਪਾਂ ਗੋਲ ਗੱਪੇ ਨਾ ਖਾਈਏ ਇਹ ਗੋਲ ਗੱਪੇ ਦਾ ਇੰਨਾ ਕੁ ਸ਼ੌਕੀਨ ਹੈ ਨਾ ਗੱਲਾਂ ਛੱਡ ਦਿਓ ਦਵਾਨਾ ਹੈ ਗੋਲ ਗੱਪੇ ਦੇਖ ਕੇ ਤਾਂ ਬਸ ਇਹ ਰਹਿ ਨਹੀਂ ਸਕਦਾ ਤੇ ਹੁਣ ਆ ਜਾਓ ਆਪਾਂ ਗੋਲ ਗੱਪੇ ਖਾਂਦੇ ਹਾਂ ਉਤਰਨ ਵੀ ਨਹੀਂ ਦਿੱਤਾ ਪਹਿਲਾਂ ਪਹੁੰਚ ਵੀ ਗਿਆ ਉੱਥੇ ਖਾਣ ਜੀ ਬਾਏ ਬਾਏ ਕਰਨ ਜੀ ਲਓ ਜੀ ਆਪਾਂ ਲਿਆਏ ਸੀ ਹੈਂਡਲ ਤੁਸੀਂ ਦੇਖਿਆ ਹੀ ਆ ਪਾਤਰ ਤੋਂ ਖਰੀਦ ਕੇ ਹਨਾ ਤੇ ਹੁਣ ਆਪਾਂ ਚੇਂਜ ਕਰਨ ਲੱਗੇ ਹਾਂ ਆ ਜਾਓ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਚੇਂਜ ਵੀ ਆਪਾਂ ਆਪ ਹੀ ਕਰ ਸਕਦੇ ਹਾਂ ਬਿਨਾਂ ਮਿਸਤਰੀ ਤੋਂ ਲਓ ਜੀ ਇਹਨੂੰ ਖੋਲ ਰਹੇ ਹਾਂ ਹੁਣ ਆਪਾਂ ਮੈਂ ਤੁਸੀਂ ਆਪ ਕੋਸ਼ਿਸ਼ ਕਰਿਆ ਕਰੋ ਇਹ ਨਹੀਂ ਵੀ ਮਿਸਤਰੀ ਕੋਲੇ ਭੱਜੋ ਸਾਰੇ ਕੰਮ ਆਪਾਂ ਆਪ ਕਰ ਸਕਦੇ ਹਾਂ ਲਓ ਜੀ ਕਿੰਨਾ ਕੁ ਟਾਈਮ ਲੱਗਦਾ ਕੋਈ ਟਾਈਮ ਨਹੀਂ ਲੱਗਦਾ ਆਹ ਜੀ ਜਿਹੜਾ ਆਪਾਂ ਨਵਾਂ ਲੈ ਕੇ ਆਏ ਸੀਗੇ ਉਹਨੂੰ ਕਰਦੇ ਆਪਾਂ ਹੁਣ ਫਿੱਟ ਘਸਣ ਤੋਂ ਪਹਿਲਾਂ ਆਪਾਂ ਸਮਾਨ ਪਾ ਲੈਣਾ ਇਹਦੇ ਚ We'll be right back.
ਹੋਇਆ ਕੰਪਲੀਟ ਤੇ ਬਾਈ ਜੀ ਸ਼ਵੀ ਨਹੀਂ ਟਾਈਮ ਲੱਗਿਆ ਸਿਰਫ ਸਾਨੂੰ 10 ਕੁ ਮਿੰਟ ਲੱਗੇ ਆ ਆਰਾਮ ਨਾਲ ਕੀਤਾ ਕੋਈ ਬਾਹਲੀ ਤੇਜ਼ੀ ਨਹੀਂ ਕੀਤੀ ਆਪਾਂ ਨੇ ਤੁਸੀਂ ਦੇਖਿਆ ਹੀ ਹੈ ਤੇ ਤੁਸੀਂ ਵੀ ਥੋੜੀ ਜਿਹੀ ਕੋਸ਼ਿਸ਼ ਕਰਿਆ ਕਰੋ ਹੁਣ ਤੁਸੀਂ ਇਹ ਦੇਖੋ ਜੇ ਤੁਸੀਂ ਬਾਜ਼ਾਰ ਚ ਪਾਉਣ ਜਾਂਦੇ ਓਰਿਜਨਲ ਹੈਂਡਲ ਤੁਹਾਨੂੰ 500-600 ਦਾ ਮੇਰੇ ਹਿਸਾਬ ਚ ਘੱਟੋ ਘੱਟ ਮਿਲਦਾ ਤੇ 100 ਰੁਪਏ ਉੱਤੇ ਲੇਬਰ ਲੱਗਦੀ ਤੇ ਮੇਰੇ ਖਿਆਲ ਚ ਇਹ ਲੇਬਰ ਰੇਟ ਚ ਆਪਾਂ ਨੂੰ ਸਾਰਾ ਤਿਆਰ ਹੀ ਹੋ ਗਿਆ ਤੇ ਇਹੋ ਜਿਹੀਆਂ ਵੀਡੀਓ ਦੇਖਣ ਲਈ ਵੀ ਸਮਾਨ ਕਿੱਥੋਂ ਸਸਤਾ ਮਿਲਦਾ ਆਪਣਾ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਗੋਗੀ ਵਾਲਾ ਵਲੌਗਸ ਤੇ ਐਵੇਂ ਦੀਆਂ ਵੀਡੀਓ ਤੁਹਾਨੂੰ ਦਿਖਾਉਂਦੇ ਰਹਾਂਗੇ ਮਿਲਦੀਆਂ ਰਹਿਣਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਦੱਬ ਲਿਓ ਕਿ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਦੇਖਣ ਨੂੰ ਮਿਲੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਬਾਏ ਬਾਏ।